भगवंत मान सरकार दियां मुश्किलां दे विच वड्डा वाधा, एक सो कॉल्ड नोट्स भगवंत मान सरकार नूं जारी कर दिता गया, जिस तों बाद मुश्किलां बहुत वधियां ने। किस मामले दे विच सो कॉल्ड नोट्स जारी होया है, इस बाबत गल करांगे। गलबात करांगे कैबिनेट दी मीटिंग जो कल मानसा दे विच हुई, उस मीटिंग दे एक फैसले दे उपर सारियां विरोधी पार्टियां एक बार फिर इकट्ठियां हुई ने अते सरकार नूं घेरदियां हुई नज़र आ रही ने। गल पंजाब दे हितां दे नाल, आम लोकां दे नाल, हित दे नाल जुड़ी हुई। किस मामले दे उपर ये हुण विरोधियों के वलों एकजुट होकर हमला किया गया, गलबात उस ते भी करांगे। ते नाल ही नाल गल करांगे डॉक्टर हरजिंदर सिंह हमदर्द नूं, एक झटका लग्या है, उन्हां दी पेशी पई है, लेकिन पेशी दे उपर एक राहत भी दित्ती गई है। तो हुण कदों बुलाया विजिलेंस दे वल्लों डॉक्टर हमदर्द नूं, ते किस तरीके दे नाल राहत इस पेशी दौरान भी मिलती रहेगी, उस उपर गलबात करांगे। ते गलबात करने लई मेरे नाल ने डॉक्टर हरविंदर सिंह पट्टी जी, सब तो पहला स्वागत कर लैने आ। डॉक्टर साहब स्वागत है जी प्रोग्राम च। शुक्रिया लखविंदर जी, सत श्री अकाल, श्रोतियां नूं भी प्यार भरी सत श्री अकाल। डॉक्टर साहब गल फंडां दी, फंडां नूं लै के पिछले काफ़ी दिनों के विचों खिचो तान आम आदमी पार्टी की सरकार ते केंद्र सरकार विच चल रही है, जिथे आम आदमी पार्टी की सरकार जां फिर कहीए ईमान सरकार लगातार दोष लगा रही है सेंटर सरकार दे उपर कि बणदे हक बणदे फंड पंजाब नूं रिलीज़ नहीं किए जा रहे केंद्र दे वल्लों, ते उत्थों ही केंद्र दे वल्लों भी तिखे हमले पंजाब सरकार दे उपर किए जा रहे ने। हुण एक नवे मामले दे विच सो कॉल्ड नोट्स जारी किया गया मान सरकार नूं, ਇਹ ਪੂਰਾ ਮਾਮਲਾ ਕੀ ਹੈ, ਮਾਮਲਾ ਗੰਭੀਰ ਕਿੰਨਾ ਹੈ ਤੇ ਸਰਕਾਰ ਦੇ ਲਈ ਕਿੰਨੀਆਂ ਮੁਸ਼ਕਲਾਂ ਪੈਦਾ ਕਰਦਾ ਨਜ਼ਰ ਆ ਰਿਹਾ? ਲਖਵਿੰਦਰ ਜੀ, ਇਹ ਦੇਖੋ ਬੜਾ ਸੀਰੀਅਸ ਮਾਮਲਾ ਹੈ। 280 ਕਰੋੜ ਦੇ ਫੰਡਾਂ ਦਾ ਲੇਬਰ ਮਿਨਿਸਟਰੀ ਜਿਹੜੀ ਸੈਂਟਰ ਦੀ ਉਹਦੇ ਵੱਲੋਂ ਕੀਤਾ ਗਿਆ ਕਿ ਜਿਸ ਮਕਸਦ ਲਈ ਅਸੀਂ ਤੁਹਾਨੂੰ ਇਹ ਫੰਡ ਦਿੱਤੇ ਸੀ ਤੁਸੀਂ ਉਹਨਾਂ ਨੂੰ ਮਿਸਯੂਟੀਲਾਈਜ਼ ਕਰ ਲਿਆ। ਇਹਨਾਂ ਨੇ ਸ਼ਾਇਦ ਮਈ ਦੇ ਵਿੱਚ ਮੀਟਿੰਗ ਕਰਕੇ 30 ਮਈ ਨੂੰ ਮੋਸਟ ਪ੍ਰੋਬੇਬਲੀ ਮਤਲਬ ਇਹ ਫੈਸਲਾ ਕਰਤਾ ਹੈ ਕਿ ਕੰਸਟਰਕਸ਼ਨ ਵਰਕਰ ਨੇ ਜਿਹੜੇ ਉਹਨਾਂ ਨੂੰ 4-4 ਹਜ਼ਾਰ ਰੁਪਈਆ ਸ਼ਾਇਦ ਸਾਈਕਲਾਂ ਦੇ ਲਈ ਜਾਂ ਕਿਸੇ ਲਈ ਦੇਣਾ। ਸੁਪਰੀਮ ਕੋਰਟ ਦੀ ਰੂਲਿੰਗ ਇਹ ਹੈ ਕਿ ਤੁਸੀਂ ਕਾਇੰਡ ਦੇ ਲਈ ਮਤਲਬ ਕੋਈ ਚੀਜ਼ ਦੇਣ ਦੇ ਲਈ ਨਹੀਂ ਕਰ ਸਕਦੇ। ਉਹਨਾਂ ਨੇ ਉਹਨੂੰ ਕੋਟ ਕਰਕੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਮਤਲਬ ਇਹਨਾਂ ਨੂੰ ਨੋਟਿਸ ਕੱਢਿਆ ਕਿ ਤੁਸੀਂ ਇਹਨੂੰ ਫੰਡ ਨੂੰ ਮਿਸਯੂਟੀਲਾਈਜ਼ ਕਰ ਰਹੇ ਹੋ। ਇਹ ਇੱਕ ਕਿਸਮ ਦੀ ਮਿਸਅਪਰੋਪਰੀਏਸ਼ਨ ਹੋ ਜਾਂਦੀ ਹੈ ਔਰ ਮੇਰਾ ਖਿਆਲ ਹੈ ਇਹ ਸੀਰੀਅਸ ਦੋਸ਼ ਹੈ। ਮਤਲਬ ਜਿੰਨੇ ਵੀ ਫੰਡ ਕਿਸੇ ਏਜੰਸੀ ਵੱਲੋਂ ਜਾਂਦੇ ਨੇ ਆਮ ਤੌਰ 'ਤੇ ਗ੍ਰਾਂਟਾਂ, ਉਹਨਾਂ ਦਾ ਇਹ ਨਿਯਮ ਹੁੰਦਾ ਹੈ ਕਿ ਉਹਨਾਂ ਦੇ ਨਾਲ ਇਹ ਰੂਲਾਂ ਦੀ ਲਿਸਟ ਆ ਜਾਂਦੀ ਹੈ ਕਿ ਇਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਖਰਚਣਾ ਹੈ। ਔਰ ਉਹਦੇ ਵਿੱਚ ਇਹ ਹੈ ਕਿ ਜਦੋਂ ਤੁਸੀਂ ਖਰਚ ਲੈਂਦੇ ਹੋ ਤਾਂ ਉਦੋਂ ਬਾਅਦ ਤੁਸੀਂ ਯੂਟੀਲਾਈਜੇਸ਼ਨ ਸਰਟੀਫਿਕੇਟ ਦੇਣਾ ਹੁੰਦਾ ਹੈ ਕਿ ਪ੍ਰੋਪਰ ਪ੍ਰੋਸੀਜਰ ਨੂੰ ਫੋਲੋ ਕਰਕੇ ਖਰਚਾ ਕੀਤਾ ਗਿਆ ਤਾਂ ਕਿ ਅਗਲੀ ਗ੍ਰਾਂਟ ਮਿਲ ਸਕੇ। ਸਾਡੇ ਹੁਣ ਇਹ ਫੰਡਾਂ ਦਾ ਜਿਹੜਾ ਰੌਲਾ ਚੱਲ ਰਿਹਾ ਹੈ, ਜਿਹੜੀ ਇਹ ਸਰਕਾਰ ਹੈ ਇਹ ਪਤਾ ਨਹੀਂ ਕਿਉਂ ਮਤਲਬ ਜਾਂ ਤਾਂ ਇਹਨਾਂ ਨੂੰ ਅਫਸਰ ਨਹੀਂ ਗਾਈਡ ਕਰਦੇ ਜਾਂ ਇਹਨਾਂ ਦਾ ਸਮਝ ਨਹੀਂ ਆਉਂਦੀ ਕਿ ਜਿਹੜਾ ਪ੍ਰੋਸੀਜਰ ਨੇ ਛੋਟੇ ਮੋਟੇ ਰੂਲ ਨੇ ਉਹਨਾਂ ਨੂੰ ਇਹ ਛਿੱਕੇ ਢੰਗ ਦਿੰਦੇ ਨੇ, ਉਹਨਾਂ ਨੂੰ ਕੁਛ ਨਹੀਂ ਸਮਝਦੇ। ਅਤੇ ਮਤਲਬ ਉਹਦੇ 'ਚ ਕੀ ਹੁੰਦਾ ਕਿ ਦਫ਼ਤਰ ਦਾ ਕੰਮ ਵੀ ਸਫ਼ਰ ਕਰਦਾ। ਮਤਲਬ ਇੱਕ ਸਰਕਾਰਾਂ ਜਿੰਨੀਆਂ ਵੀ ਚੱਲਦੀਆਂ ਨੇ ਦੁਨੀਆਂ ਦੇ ਵਿੱਚ ਜਾਂ ਚੱਲਦੀਆਂ ਆਈਆਂ ਨੇ ਅੱਜ ਤੱਕ, ਉਹਨਾਂ ਦਾ ਇੱਕ ਪ੍ਰੋਸੀਜਰ ਹੁੰਦਾ ਕਿ ਫਾਈਲ ਹੈ ਜਿਹੜੀ ਉਹ ਮੂਵ ਹੁੰਦੀ ਹੈ ਪਹਿਲਾਂ, ਫਿਰ ਉਹਦੇ ਦੇ ਉੱਪਰ ਕਲਰਕ, ਸੁਪਰਡੈਂਟ, ਅਸਿਸਟੈਂਟ ਸੁਪਰਡੈਂਟ, ਏ ਆਰ, ਡੀ ਆਰ, ਫਿਰ ਉਹ ਅੱਗੇ ਸੈਕਟਰੀਆਂ ਕੋਲ ਹੋ ਕੇ ਮਤਲਬ ਫਿਲਟਰ ਲੱਗ ਕੇ ਜਾਂਦੇ ਨੇ ਤਾਂ ਕਿ ਗਲਤੀ ਨਾ ਹੋ ਸਕੇ। ਇਹ ਮੈਨੂੰ ਸਮਝ ਨਹੀਂ ਆਉਂਦੇ ਕਿ ਸਰਕਾਰ ਕਿਸ ਤਰ੍ਹਾਂ ਚੱਲ ਰਹੀ ਹੈ, ਕਿੰਨੇ ਕੇਸ ਇੱਦਾਂ ਦੇ ਹੋ ਚੁੱਕੇ ਨੇ। ਔਰ ਉਹ ਸੈਂਟਰ ਹੈ ਜਿਹੜਾ ਮਤਲਬ ਫਿਰ ਸੈਂਟਰ ਦੇ ਰੌਲਾ ਪਾਉਣ ਲੱਗ ਜਾਂਦੇ ਨੇ ਕਿ ਜੇ ਸਾਨੂੰ ਪੈਸੇ ਨਹੀਂ ਦਿੰਦੇ ਸਾਡੇ ਪੈਸੇ ਰੋਕ ਲਏ, ਇੱਦਾਂ ਹੀ PGI ਦਾ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਉਦੋਂ ਫੰਡ ਸੀ ਮਤਲਬ ਪ੍ਰੋਸੀਜਰ ਫੋਲੋ ਕਰਦੇ ਹੀ ਨਹੀਂ ਜਾਂ ਫਾਈਲਾਂ ਦੇਖਦੇ ਨਹੀਂ ਭਾਈ, ਸਮਝ ਨਹੀਂ ਆਉਂਦੀ ਜਾਂ ਦੇਖਣੀਆਂ ਆਉਂਦੀਆਂ ਨਹੀਂ, ਪੜ੍ਹਨੀਆਂ ਨਹੀਂ ਆਉਂਦੀਆਂ। ਮਤਲਬ ਇਹ ਸਪਸ਼ਟ ਨੇ ਕਿ ਜਿਹੜਾ ਫੰਡ ਜਿਸ ਮਕਸਦ ਦੇ ਲਈ ਆਇਆ ਤੁਸੀਂ ਉਹਦੇ ਲਈ ਹੀ ਉਸ ਨਿਯਮਾਂ ਦੇ ਅਨੁਸਾਰ ਜਿਹੜੇ ਦੱਸੇ ਗਏ ਦੇ ਨਾਲ ਉਹਨਾਂ ਦੇ ਹਿਸਾਬ ਨਾਲ ਹੀ ਯੂਟੀਲਾਈਜ਼ ਕਰਨਾ, ਅਦਰਵਾਈਜ਼ ਉਹ ਪਿਛਲੀ ਅਗਲੀ ਗ੍ਰਾਂਟ ਰੁਕ ਜਾਂਦੀ ਹੈ। ਸਰ ਡਾਕਟਰ ਸਾਹਿਬ, ਇੱਕ ਇਹਦੇ ਗੱਲ ਵਿੱਚ ਹੋਰ ਮਾਮਲੇ ਦੀ ਗੱਲ ਸਾਹਮਣੇ ਇਹ ਵੀ ਸੰਬੰਧੀ, ਪਹਿਲਾਂ ਇੱਕ 17 ਮਈ ਨੂੰ ਨੋਟਿਸ ਕੀਤਾ ਗਿਆ ਸੀ, ਇਸ ਨੋਟਿਸ ਦੇ ਬਾਵਜੂਦ 30 ਮਈ ਨੂੰ ਜੋ ਮੀਟਿੰਗ ਹੋਈ ਹੈ ਉਸਦੇ ਦਰਮਿਆਨ, ਇਸ ਮੀਟਿੰਗ 30 ਮਈ ਨੂੰ ਮੀਟਿੰਗ ਦਰਮਿਆਨ ਇਹ ਜੋ ਮਨਜ਼ੂਰੀ ਦਿੱਤੀ ਗਈ ਸੀ ਫੰਡਾਂ ਨੂੰ ਜਾਰੀ ਕਰਨ ਦੀ, ਕਿਵੇਂ ਦੇਖ ਰਹੇ ਹੋ ਕਿ 17 ਤਰੀਕ ਨੂੰ ਜੋ ਕਿਰਤ ਵਿਭਾਗ ਦਾ ਨੋਟਿਸ ਆਇਆ ਸੀ ਉਹਨੂੰ ਵੀ ਦਰਕਿਨਾਰ ਕੀਤਾ ਗਿਆ ਸਰਕਾਰ ਦੇ ਵੱਲੋਂ? ਬਿਲਕੁਲ ਬਿਲਕੁਲ, ਨਾ ਸਿਰਫ ਉਹਨੂੰ ਦਰਕਿਨਾਰ ਕਿਹਾ ਗਿਆ, ਇਹ ਬੜੀ ਸੀਰੀਅਸ ਗੱਲ ਹੈ। ਉਹਨਾਂ ਨੇ ਸੁਪਰੀਮ ਕੋਰਟ ਦਾ ਫੈਸਲਾ ਕੋਟ ਕੀਤਾ ਵਿੱਚ ਕਿ ਜਿਹੜੇ ਇਸ ਕਿਸਮ ਦੇ ਫੰਡ ਨੇ ਇਸ ਬਜਟ ਹੈਡ ਦੇ ਅੰਡਰ ਜਿਹੜੇ ਫੰਡ ਜਾ ਰਹੇ ਨੇ ਉਹਨਾਂ ਨੂੰ ਤੁਸੀਂ
ਕਿਸੇ ਨੂੰ ਕੋਈ ਚੀਜ਼ ਦੇਣ ਲਈ, ਵਸਤਾਂ ਦੇਣ ਦੇ ਲਈ ਨਹੀਂ ਯੂਜ਼ ਕਰ ਸਕਦੇ। ਇਹਨਾਂ ਨੇ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਫੈਸਲਾ ਕਰਕੇ ਕਰਤਾ ਕਿ ਇਹ ਜੀ ਸਾਈਕਲਾਂ ਦੇ ਲਈ ਜਾਂ ਕਿਸੇ ਮਤਲਬ ਇਸ ਤਰੀਕੇ ਦੇ ਨਾਲ ਕੰਸਟਰਕਸ਼ਨ ਵਰਕਰਸ ਨੂੰ ਕੋਈ ਬੈਨੀਫਿਟ ਦੇਣ ਦੇ ਲਈ। ਮਤਲਬ ਇਹ ਪਤਾ ਨਹੀਂ ਕਿਉਂ ਇਸ ਤਰ੍ਹਾਂ, ਮੈਨੂੰ ਸਮਝ ਨਹੀਂ ਆਉਂਦੀ ਵੀ ਸਰਕਾਰ ਕਿਉਂ ਇੱਦਾਂ ਕਰਦੀ ਹੈ, ਜਦੋਂ ਕਿ ਪਤਾ ਹੀ ਹੈ। ਜੀ ਨਹੀਂ ਤਾਂ ਸੈਕਟਰੀ ਵਗੈਰਾ ਸਾਰੇ ਦੱਸ ਦਿੰਦੇ ਨੇ ਫਟਾਫਟ ਵੀ ਜੀ ਆਹ ਗੱਲ ਹੈ, ਜਾਂ ਤਾਂ ਇਹ ਸੁਣਦੇ ਨਹੀਂ ਕਿਸੇ ਦੀ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਹੋਣਗੇ, ਜਾਂ ਫਿਰ ਅਫਸਰ ਵੀ ਉਹੋ ਜਿਹੇ ਘੁੱਗੂ ਆਪਣੇ ਵਰਗੇ ਇਹਨਾਂ ਨੇ ਲਾ ਲਏ ਨੇ ਨਾਲ, ਮਤਲਬ ਸਮਝ ਨਹੀਂ ਆਉਂਦੀ ਗੱਲ ਕਿੱਥੇ ਮੁਸ਼ਕਲ ਕਿੱਥੇ ਹੈ। ਪਰ ਕਿੰਨੇ ਸਕੈਂਡਲ, ਕਿੰਨਾ ਰੌਲਾ ਆ ਜਿਹੜਾ ਮਤਲਬ ਰੂਰਲ ਡਿਵੈਲਪਮੈਂਟ ਦੇ ਫੰਡ ਦਾ ਰੌਲਾ ਪਿਆ ਹੋਇਆ, ਬਹੁਤ ਸਾਰੇ ਰੌਲੇ ਇਸ ਕਰਕੇ ਨੇ ਕਿ ਪ੍ਰੋਸੀਜਰ ਠੀਕ ਤਰ੍ਹਾਂ ਨਹੀਂ ਫੋਲੋ ਕੀਤਾ ਜਾ ਰਿਹਾ। ਡਾਕਟਰ ਸਾਹਿਬ, ਤੁਸੀਂ ਆਰਡੀਐਫ ਦੀ ਗੱਲ ਕੀਤੀ ਹੈ ਜੀ, ਉਸ ਦੇ ਨਾਲ ਆਪਾਂ ਗੱਲ ਐਨਐਚਐਮ ਦੇ ਫੰਡਾਂ ਦੀ ਵੀ ਕਰ ਲਈਏ, ਕਿਉਂਕਿ ਉਹ ਫੰਡ ਵੀ ਕੇਂਦਰ ਦੇ ਵੱਲੋਂ ਰੋਕੇ ਹੋਏ ਨੇ। ਲਗਾਤਾਰ ਇਹ ਮੁੱਦਾ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸੈਂਟਰ ਨੂੰ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ, ਅਤੇ ਸੈਂਟਰ ਦਾ ਜਵਾਬ ਇੱਕੋ ਆ ਰਿਹਾ ਵੀ ਇਹਨਾਂ ਫੰਡਾਂ ਦੀ ਦੁਰਵਰਤੋਂ ਪੰਜਾਬ ਦੇ ਵਿੱਚ ਹੋ ਰਹੀ ਹੈ, ਇਸ ਕਰਕੇ ਇਹ ਫੰਡ ਰੋਕੇ ਗਏ ਨੇ। ਅਤੇ ਪੰਜਾਬ ਸਰਕਾਰ ਇਹਨਾਂ ਸਾਰੇ ਹੀ ਦੋਸ਼ਾਂ ਨੂੰ ਡਿਨਾਈ ਕਰਦਾ ਨਜ਼ਰ ਆ ਰਿਹਾ। ਉਹ ਕਹਿ ਰਹੇ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ, ਮਤਰੇਈ ਮਾਂ ਵਾਲਾ ਸਾਡੇ ਰੂਪ ਨਾਲ ਸਾਡੇ ਨਾਲ ਉਹ ਵਿਤਕਰਾ ਜਿਸ ਤਰ੍ਹਾਂ ਮਤਰੇਈ ਮਾਂ ਕਰਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਨੇ ਤਰਕ ਇਹ ਦੇ ਦਿੱਤਾ ਜਾਂਦਾ ਗਾ। ਲੇਕਿਨ ਹੁਣ ਜਿਸ ਤਰੀਕੇ ਦੇ ਨਾਲ ਇਹ ਕਿਰਤ ਵਿਭਾਗ ਦੇ ਫੰਡ ਦੀ ਦੁਰਵਰਤੋਂ ਦੀ ਗੱਲ ਆਈ ਹੈ, ਕਿਤੇ ਨਾ ਕਿਤੇ ਫਿਰ ਜਿਹੜੇ ਦੋਸ਼ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਉੱਪਰ ਫੰਡਾਂ ਦੀ ਦੁਰਵਰਤੋਂ ਲੈ ਕੇ ਲਗਾਏ ਜਾ ਰਹੇ ਨੇ, ਕਿਤੇ ਨਾ ਕਿਤੇ ਉਹ ਸਹੀ ਸਾਬਤ ਹੁੰਦੇ ਨਜ਼ਰ ਆ ਰਹੇ ਨੇ। ਇਹ ਪਰਸੈਪਸ਼ਨ ਬਣਦੀ ਜਾ ਰਹੀ ਹੈ ਲਖਵਿੰਦਰ ਜੀ, ਕਿਉਂਕਿ ਕੱਲ ਇੱਥੇ ਨਾ ਹੈਲਥ ਮਿਨਿਸਟਰ ਵੀ ਆਏ ਹੋਏ ਸੀ ਇੱਥੇ ਪਟਿਆਲੇ ਦੇ ਵਿੱਚ ਜੀ, ਉਹ ਇਹੀ ਕਹਿ ਰਹੇ ਸੀ ਕਿ ਤੁਸੀਂ ਕਹੀ ਜਾਂਦੇ ਹੋ ਸਾਨੂੰ ਗ੍ਰਾਂਟ ਦਿਓ, ਅਸੀਂ ਤੁਹਾਨੂੰ ਕਹਿ ਰਹੇ ਸਾਨੂੰ ਹਿਸਾਬ ਦਿਓ। ਹੁਣ ਦੇਖੋ ਨਾ, ਜਿਹੜਾ ਉਹਨਾਂ ਦਾ ਇੱਕ ਹੈਲਥ ਜਿਹੜੇ ਫੰਡ ਉਹਨਾਂ ਨੇ ਭੇਜੇ, ਜਿਹੜੀ ਉਹ ਸਕੀਮ ਹੈ ਉਹਨਾਂ ਦੇ ਸੈਂਟਰ ਦੀ, ਉਹਦੇ ਤਹਿਤ ਉਹ ਮੁਹੱਲਾ ਕਲੀਨਿਕਾਂ 'ਤੇ ਖਰਚੇ ਗਏ। ਮਤਲਬ ਜੇ ਤੁਸੀਂ ਫੰਡਾਂ ਨੂੰ ਡਾਈਵਰਟ ਕਰ ਰਹੇ ਹੋ ਜਾਂ ਫੰਡਾਂ ਨੂੰ ਕਿਤੇ ਹੋਰ ਪਾਸੇ ਯੂਟੀਲਾਈਜ਼ ਕਰ ਰਹੇ ਹੋ, ਇਹਦਾ ਇਹ ਮਿਸਯੂਟੀਲਾਈਜੇਸ਼ਨ ਗਿਣੀ ਜਾਂਦੀ ਹੈ ਜਾਂ ਮਿਸਅਪਰੋਪਰੀਏਸ਼ਨ ਗਿਣੀ ਜਾਂਦੀ ਹੈ। ਅੱਛਾ, ਇਹ ਪਤਾ ਨਹੀਂ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਹੋ ਸਕਦਾ ਹੈ ਉਹਨਾਂ ਨੇ ਜਿਸ ਤਰ੍ਹਾਂ ਪਹਿਲਾਂ ਇੱਕ ਕਟੌਤੀ ਲਾਤੀ ਸੀ ਲੋਨ ਦੇ ਉੱਪਰ, ਉਹਨਾਂ ਨੇ ਮਤਲਬ ਆਪਾਂ ਨੂੰ ਪਤਾ ਹੀ ਹੈ ਘਟਾ ਕੇ ਘੱਟ ਕਰਤੇ ਲੋਨ ਲੈਣ ਦੀ ਜਿਹੜੀ 18,000 ਕਰੋੜ ਰੁਪਏ ਤੋਂ ਕਟੌਤੀ ਕੀਤੀ, 18,000 ਕਰੋੜ ਮਤਲਬ 39 ਤੋਂ ਘਟਾ ਕੇ ਉਹਨਾਂ ਨੇ 21 ਕਰਤੇ ਸੀ ਜੀ। ਉਹ ਤਾਂ ਚਲੋ ਸਮਝ ਆਉਂਦੀ ਹੈ, ਵਿਤਕਰਾ ਤਾਂ ਉਹ ਇਹਨਾਂ ਨਾਲ ਕਰ ਵੀ ਰਹੇ ਨੇ, ਪਰ ਇਹ ਮੌਕਾ ਕਿਉਂ ਦੇ ਰਹੇ ਨੇ ਵਾਰ ਵਾਰ ਇਹੋ ਜਿਹੇ ਫੈਸਲੇ ਕਰਕੇ। ਇਹ ਤਾਂ ਹੁਣ ਦੇਖੋ ਬਿਲਕੁਲ ਸੁਪਰੀਮ ਕੋਰਟ ਦੇ ਫੈਸਲੇ ਦਾ ਨੋਟਿਸ ਉਹਨਾਂ ਨੇ ਇਹਨਾਂ ਨੂੰ ਦਿੱਤਾ, ਉਹ ਤੋਂ ਬਾਅਦ ਦੇ ਵਿੱਚ ਮੀਟਿੰਗ ਕਰਕੇ ਉਹ ਸਰਕਾਰ ਦੇ ਨੂੰ ਵੀ ਸੁਪਰੀਮ ਕੋਰਟ ਦੇ ਨੂੰ ਵੀ ਦਰਕਿਨਾਰ ਕਰਕੇ ਤੁਸੀਂ 30 ਮਈ ਨੂੰ ਫੈਸਲਾ ਕਰ ਦਿੰਦੇ। ਮਤਲਬ ਇਹ ਕੋਈ ਘਰੇਲੂ ਗੱਲ ਥੋੜ੍ਹੀ ਹੈ, ਸਰਕਾਰੀ ਖਜ਼ਾਨਾ ਹੈ, ਸਰਕਾਰੀ ਖਜ਼ਾਨੇ ਦੇ ਫਿਕਸਡ ਰੂਲ ਨੇ, ਪਰ ਫਿਰ ਉਹਦਾ ਆਡਿਟ ਹੋਣਾ ਹੁੰਦਾ ਹੈ। ਮਤਲਬ ਕੋਈ ਇੱਦਾਂ ਥੋੜ੍ਹੀ ਹੈ ਕਿ ਤੁਸੀਂ ਆਰਾਮ ਨਾਲ ਮਰਜ਼ੀ ਨਾਲ ਹੀ ਕਰੀ ਚੱਲੋ। ਇਹ ਵੈਸੇ ਸਾਰੀਆਂ ਸਰਕਾਰਾਂ 'ਚ ਹੀ ਟੈਂਡੈਂਸੀ ਹੁੰਦੀ ਹੈ, ਕੇਂਦਰ 'ਚ ਵੀ ਹੈ, ਉਹ ਆਡੀਟਰ ਜਨਰਲ ਨਾਲ ਲੜ ਕੇ ਭਿੜ ਕੇ, ਈਵਨ ਦਿੱਲੀ ਦੀ ਗੌਰਮੈਂਟ ਦਾ AG ਨਾਲ ਅਕਸਰ ਹੀ ਝਗੜਾ ਪੈ ਜਾਂਦਾ। ਮਤਲਬ ਕਿਉਂ ਕਰ ਰਹੇ ਨੇ ਇਸ ਤਰ੍ਹਾਂ, ਇਹ ਗੱਲ ਨਹੀਂ ਸਮਝ ਆ ਰਹੀ। ਅਤੇ ਇਹ ਤਾਂ ਖੈਰ ਜਿਹੜਾ ਆਹ ਕੇਸ ਹੈ ਇਹਦੇ 'ਚ ਤਾਂ ਆਪਣੀ ਸਰਕਾਰ ਹੈ ਜਿਹੜੀ ਇਹਦੇ ਉੱਪਰ ਹਲਫ ਆਉਂਦਾ ਹੈ। ਇਹ ਤੁਹਾਨੂੰ ਪਹਿਲਾਂ ਨੋਟਿਸ ਦਿੱਤਾ ਗਿਆ, ਸੁਪਰੀਮ ਕੋਰਟ ਦੀ ਰੂਲਿੰਗ ਵੀ ਕੋਟ ਕੀਤੀ ਗਈ ਹੈ, ਫਿਰ ਵੀ ਤੁਸੀਂ ਉਹਨੂੰ ਕਰ ਰਹੇ ਹੋ ਫੈਸਲਾ। ਇਹ ਤਾਂ ਮਤਲਬ ਸੈਂਟਰ ਦੇ ਹੱਕ 'ਚ ਜਾ ਰਹੀ ਹੈ ਗੱਲ, ਇਹਨਾਂ ਦੇ ਖਿਲਾਫ ਜਾ ਰਹੀ ਹੈ ਜੀ। ਸਰ, ਦੂਜੇ ਪਾਸੇ ਹੁਣ ਭਾਜਪਾ 1,200 ਕਰੋੜ ਰੁਪਏ ਦੀ ਗੱਲ ਵੀ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਸਰਵ ਸਿੱਖਿਆ ਅਭਿਆਨ ਦੇ ਤਹਿਤ 1,200 ਕਰੋੜ ਰੁਪਏ ਦੀ ਗੱਲ ਫੰਡ ਰਿਲੀਜ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਅਤੇ ਹੁਣ ਉਹ ਵੀ ਇਸ ਉੱਪਰ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਕਿ ਇਹ 1,200 ਕਰੋੜ ਜੋ ਸਰਵ ਸਿੱਖਿਆ ਅਭਿਆਨ ਦੇ ਲਈ ਭੇਜਿਆ ਗਿਆ ਸੈਂਟਰ ਵੱਲੋਂ, ਕਿ ਇਹਦੀ ਸਹੀ ਵਰਤੋਂ ਹੋਏਗੀ, ਉਹ ਇਸ ਗੱਲ ਦੇ ਉੱਪਰ ਵੀ ਹੁਣ ਸਵਾਲ ਕਰਦੇ ਨਜ਼ਰ ਆ ਰਹੇ ਪੰਜਾਬ ਸਰਕਾਰ ਦੇ ਉੱਪਰ, ਕਿਵੇਂ ਲੱਗ ਰਿਹਾ ਹੁਣ ਇਸ ਮਾਮਲੇ ਦੇ ਵਿੱਚ? ਉਹ ਤਾਂ ਦੇਖੋ ਗੱਲ ਇਹ ਹੈ ਵੀ ਉਹ ਤਾਂ ਇੱਕ ਕਿਸਮ ਦੀ ਪੋਲਿਟਿਕਸ ਹੈ। ਦੇਖੋ ਜਿਹੜਾ ਫੰਡ ਉਹਨਾਂ ਨੇ ਦਿੱਤਾ ਹੈ ਉਹਦੇ ਨਾਲ ਹੀ ਕੰਡੀਸ਼ਨਸ ਇਨਹੈਰੈਂਟ ਹੁੰਦੀਆਂ ਨੇ ਕਿ ਇਹਨੂੰ ਕਿਸ ਕੰਮ ਦੇ ਲਈ, ਕਿਸ ਟਾਈਮ ਫਰੇਮ ਦੇ ਵਿੱਚ, ਕਿਸ ਤਰੀਕੇ ਦੇ ਨਾਲ। ਇਹ 3 ਚੀਜ਼ਾਂ ਫਿਕਸ ਹੁੰਦੀਆਂ ਨੇ ਕਿ ਪਰਪਸ ਕੀ ਹੈ ਗ੍ਰਾਂਟ ਦਾ, ਉਹਦਾ ਟਾਈਮ ਫਰੇਮ ਕੀ ਹੈ, ਅਤੇ ਉਹਦਾ ਪ੍ਰੋਸੀਜਰ ਕੀ ਹੈ। ਮਤਲਬ ਇਹ 3 ਚੀਜ਼ਾਂ ਜੇ ਲਾਈਆਂ ਨੇ, ਜੇ ਉਹ ਉਰੇ ਪਰੇ ਜਾਣਗੇ ਫਿਰ ਤਾਂ ਨੇਚਰਲੀ ਰੌਲਾ ਤਾਂ ਪਊਗਾ। ਅਤੇ 1,200 ਕਰੋੜ ਇੱਦਾਂ ਨਹੀਂ ਹੁੰਦਾ ਜਿਵੇਂ ਪਹਿਲਾਂ ਹੀ ਸਰਕਾਰਾਂ 'ਚ ਵੀ ਰੌਲਾ ਪੈਂਦਾ ਰਿਹਾ ਵੀ ਸਾਨੂੰ ਖੁੱਲ੍ਹਾ ਪੈਸਾ ਦੇ ਦਿਓ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਵਰਲਡ ਬੈਂਕ ਦੇ ਜਾਂ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਜਿਹੜੇ ਫੰਡ ਨੇ ਉਹ ਆਉਂਦੇ ਨੇ ਤਾਂ ਫਟਾਫਟ ਉਹਨਾਂ ਦੀਆਂ ਮਤਲਬ ਰੂਲਾਂ ਮੁਤਾਬਕ ਫਟਾਫਟ ਉਸ ਤਰ੍ਹਾਂ ਦੀਆਂ ਫਾਈਲਾਂ ਬਣ ਕੇ ਸਰ, ਨਹੀਂ ਤਾਂ ਅਗਲੀ ਗ੍ਰਾਂਟ ਰੋਕ ਲੈਂਦੇ ਨੇ ਜੀ। ਪਰ ਇਹ ਬਹੁਤ ਵੱਡਾ ਇੱਕ ਹਥਿਆਰ ਹੈ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਜਾਂ ਇੰਟਰਨੈਸ਼ਨਲ ਏਜੰਸੀਆਂ ਨੇ, ਉਹ ਜਿਹੜੀ ਪਾਸੇ ਨੂੰ ਡਿਵੈਲਪਮੈਂਟ ਨੂੰ ਤੋਰਨਾ ਚਾਹੁੰਦੇ ਉੱਧਰ ਨੂੰ ਹੀ ਫੰਡ ਜ਼ਿਆਦਾ ਐਲੋਕੇਟ ਕਰ ਰਹੇ ਹੁੰਦੇ ਨੇ ਜੀ। ਦੇਖੋ ਨਾ, ਪੰਜਾਬ 'ਚ ਸੜਕਾਂ ਪੁਲ ਨੇ ਜਿਹੜੇ, ਇਹ ਕਿਤੇ ਕੋਈ ਮੰਗ ਥੋੜ੍ਹੋ ਸੀ ਲੋਕਾਂ ਦੇ, ਇੱਡੇ ਵੱਡੇ ਵੱਡੇ ਬਣ ਗਏ, ਇਹ ਉਹਨਾਂ ਦਾ ਪੈਸਾ ਹੈ। ਪਰ ਉਸੇ ਤਰੀਕੇ ਦੇ ਨਾਲ ਫਿਰ ਉਹ ਖਰਚਿਆ ਜਾਂਦਾ, ਜੇ ਨਹੀਂ ਤਰੀਕੇ ਨਾਲ ਖਰਚੋਗੇ ਅੱਗੇ ਨੂੰ ਨਹੀਂ ਮਿਲੂਗਾ, ਉਹ ਸਿੱਧਾ ਜਿਹਾ ਹੀ ਕੰਮ ਹੈ।
ਸੋ ਸਰ ਜਿੱਥੇ ਫੰਡਾਂ ਦੇ ਉੱਪਰ ਹੁਣ ਪੰਜਾਬ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ, ਜਿਸ ਤਰੀਕੇ ਨਾਲ ਸੋ ਕੋਲਡ ਨੋਟਸ ਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ, ਅਗਲੇ ਫੰਡਾਂ ਦੀ ਦੁਰਵਰਤੋਂ ਦਾ ਵੀ ਡਰ ਖਦਸ਼ਾ ਜਤਾਇਆ ਜਾ ਰਿਹਾ ਹੈਗਾ ਸੈਂਟਰ ਸਰਕਾਰ ਦੇ ਵੱਲੋਂ, ਉਹਨਾਂ ਦੇ ਆਗੂਆਂ ਵੱਲੋਂ, ਲੀਡਰਾਂ ਦੇ ਵੱਲੋਂ। ਉੱਥੇ ਹੀ ਕੱਲ੍ਹ ਕੈਬਨਿਟ ਦੀ ਮੀਟਿੰਗ ਦੇ ਵਿੱਚ ਹੋਏ ਇੱਕ ਵੱਡੇ ਫੈਸਲੇ ਉੱਪਰ ਵੀ ਸਵਾਲੀਆ ਨਿਸ਼ਾਨ ਲੱਗੇ ਨੇ। ਸਾਰੀਆਂ ਪਾਰਟੀਆਂ, ਵਿਰੋਧੀ ਪਾਰਟੀਆਂ ਨੇ ਇਕੱਠੇ ਹੋ ਕੇ ਉਸ ਮਾਮਲੇ ਦੇ ਉੱਪਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਮਾਮਲਾ ਪੈਟਰੋਲ ਅਤੇ ਡੀਜ਼ਲ ਦੇ ਵਿੱਚ ਵਾਧੇ ਨੂੰ ਲੈ ਕੇ ਕਿਵੇਂ ਦੇਖ ਰਹੇ ਹੋ, ਪੈਟਰੋਲ ਅਤੇ ਡੀਜ਼ਲ ਦੇ ਵਾਧੇ ਨੂੰ, ਅਤੇ ਕਿਵੇਂ ਦੇਖ ਰਹੇ ਹੋ ਵਿਰੋਧੀਆਂ ਦੇ ਜੋ ਵਿਰੋਧ ਕੀਤਾ ਗਿਆ ਵਿਰੋਧੀਆਂ ਦੇ ਵੱਲੋਂ, ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇੱਕ ਵਾਰ ਫਿਰ ਤੋਂ ਸਰਕਾਰ ਨੂੰ ਘੇਰਨ ਲੱਗੀਆਂ ਨੇ, ਕਿਵੇਂ ਦੇਖ ਰਹੇ ਹੋ ਉਸ ਪੂਰੇ ਮਾਮਲੇ ਨੂੰ? ਦੇਖੋ ਜੀ, ਪਹਿਲਾਂ ਤਾਂ ਸੈਂਟਰ ਨੂੰ ਇਹ ਗਾਲਾਂ ਕੱਢਦੇ ਸੀ ਕਿ ਜੀ ਤੁਸੀਂ ਸਭ ਤੋਂ ਜ਼ਿਆਦਾ ਟੈਕਸ ਲਾਏ ਹੋਏ ਨੇ, ਇੰਡੀਆ ਹੀ ਹੈ ਇਕੱਲਾ ਜਿੱਥੇ ਇੰਨਾ ਮਹਿੰਗਾ ਡੀਜ਼ਲ ਤੇ ਪੈਟਰੋਲ ਵਿਕ ਰਿਹਾ ਹੈ, ਤੁਸੀਂ ਇੰਨਾ ਟੈਕਸ ਕਿਉਂ ਲਾ ਰਹੇ ਹੋ? ਮਤਲਬ ਆਪ ਇਹ ਕਹਿ ਰਹੇ ਸੀ ਅਸੀਂ ਨਹੀਂ ਲਾਵਾਂਗੇ। ਇਸੇ ਮਤਲਬ ਸਰਕਾਰ ਨੇ ਆਪਣੀ ਟਰਮ ਵਿੱਚ 2 ਵਾਰੀ ਰੇਟ ਲਾ ਦਿੱਤੇ, ਪਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਸਾਰੇ ਦੇ ਸਾਰੇ ਨਵਜੋਤ ਸਿੱਧੂ ਤੋਂ ਲੈ ਕੇ ਰਾਜੇ ਬੜਿੰਗ ਤੋਂ ਲੈ ਕੇ ਸੁਖਬੀਰ ਬਾਦਲ ਤੋਂ ਲੈ ਕੇ ਬੀਜੇਪੀ ਤੱਕ ਸਭ ਦੇ ਸਭ ਉਹ ਕਹਿ ਰਹੇ ਨੇ ਕਿ ਤੁਸੀਂ ਮਤਲਬ ਇੱਕ ਪਾਸੇ ਤਾਂ ਫ੍ਰੀ ਬੀਜ ਕਹਿੰਦੇ ਕਹਿੰਦੇ ਵਾਹ ਫ੍ਰੀ ਆਹ ਫ੍ਰੀ ਆਹ ਫ੍ਰੀ, ਹੁਣ ਉਹ ਫ੍ਰੀ ਟਿਊਨ ਕਿੱਥੇ ਚਲੀ ਗਈ ਜੀ? ਜਲੰਧਰ ਦੀ ਇਲੈਕਸ਼ਨ ਤੋਂ ਬਾਅਦ ਤੁਸੀਂ ਬਿਜਲੀ ਦੇ ਰੇਟ ਨੂੰ ਵਧਾ ਦਿੱਤੇ, ਪਹਿਲਾਂ ਬਿਜਲੀ ਫ੍ਰੀ ਦੀਆਂ ਗੱਲਾਂ ਗਰੰਟੀਆਂ ਦੀਆਂ ਗੱਲਾਂ ਹੋ ਰਹੀਆਂ ਸੀ। ਸੋ ਉਹਨਾਂ ਦਾ ਬਣਦਾ ਜਾਇਜ਼ ਹੀ ਬਣਦਾ ਘੇਰਨਾ ਤਾਂ। ਕੱਲ੍ਹ ਜੇ ਮੀਟਿੰਗ ਹੋਈ ਹੈ, ਉਹਨਾਂ ਨੇ ਆਪਣੇ ਟਵੀਟਸ ਦੇ ਵਿੱਚ ਲਿਖਿਆ ਹੈ ਕਿ ਕੱਲ੍ਹ ਤਾਂ ਉੱਥੇ ਫੜਾਂ ਮਾਰੀਆਂ ਗਈਆਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਖਜ਼ਾਨਾ ਬਹੁਤ ਭਰਿਆ ਹੋਇਆ ਜੀ, ਕੋਈ ਸਾਨੂੰ ਘਾਟ ਨਹੀਂ ਕਿਸੇ ਚੀਜ਼ ਦੀ, ਤੇ ਫਿਰ ਤੇਲ ਵਧਾਉਣ ਦੇ ਮਤਲਬ ਡੀਜ਼ਲ ਤੇ ਪੈਟਰੋਲ ਦੇ ਰੇਟ ਵਧਾਉਣ ਦੀ ਕੀ ਲੋੜ ਪੈ ਗਈ ਜੇ ਖਜ਼ਾਨਾ ਖਾਲੀ ਨਹੀਂ ਹੈ? ਮਤਲਬ ਇਹ ਕਿਸ ਕੰਮ ਦੇ ਲਈ ਵਧਾਏ ਜਾ ਰਹੇ ਨੇ? ਫਿਰ ਸਰ ਤਰਕ ਆਇਆ ਸੀਗਾ ਜੀ ਆਮ ਆਦਮੀ ਪਾਰਟੀ ਦੇ ਬੁਲਾਰੇ ਦਾ, ਉਹ ਕਹਿੰਦੇ ਵੀ ਕਿਉਂਕਿ ਸੈਂਟਰ ਸਰਕਾਰ ਵੱਲੋਂ ਫੰਡ ਰੁਕੇ ਗਏ ਨੇ ਵੱਖ ਵੱਖ ਫੰਡ, RDF ਦੀ ਗੱਲ ਫਿਰ ਕਹਿੰਦੇ ਨਜ਼ਰ ਆਏ ਸੀ, NHM ਫੰਡ ਦੀ ਕਹਿੰਦੇ ਵੀ, ਫਿਰ ਸਰਕਾਰ ਨੂੰ ਕਹਿੰਦੇ ਚਲਾਉਣ ਦੇ ਲਈ ਕਿਤੋਂ ਨਾ ਕਿਤੋਂ ਤਾਂ ਰੈਵਨਿਊ ਇਕੱਠਾ ਕਰਨਾ ਹੀ ਪਊਗਾ, ਇਹ ਤਰਕ ਦਿੰਦੇ ਨਜ਼ਰ ਆਏ ਨੇਗੇ ਆਮ ਆਦਮੀ ਪਾਰਟੀ ਦੇ ਬੁਲਾਰੇ। ਦੇਖੋ ਜੀ, ਮੈਂ ਟਵੀਟ ਪੜ੍ਹ ਰਿਹਾ ਸੀ, ਡਿਫਰੈਂਟ ਜਿਹੜੇ ਪੋਲੀਟੀਕਲ ਲੀਡਰਸ ਨੇ ਖਾਸ ਕਰਕੇ ਨਵਜੋਤ ਸਿੱਧੂ ਨੇ ਲਿਖਿਆ ਹੈ ਕਿ ਪਿਛਲੇ ਸਾਲ ਦੌਰਾਨ ਹੀ 40,000 ਕਰੋੜ ਕਰਜ਼ਾ ਹੋਰ ਵਧ ਗਿਆ। ਜੇ ਇੰਨਾ ਕਰਜ਼ਾ ਵੀ ਲਿਆ ਜਾ ਰਿਹਾ, ਪਹਿਲੀਆਂ ਸਰਕਾਰਾਂ ਨਾਲੋਂ ਵੱਧ ਕਰਜ਼ਾ ਲਿਆ ਜਾ ਰਿਹਾ ਹੈ, ਫੰਡ ਵੀ ਇੱਧਰ ਉੱਧਰ ਮਿਸਯੂਟੀਲਾਈਜ਼ ਹੋ ਰਹੇ ਨੇ, ਰੇਟ ਵੀ, ਤੇਰੇ ਪੈਸਾ ਜਾ ਕਿੱਥੇ ਰਿਹਾ? ਜੇ ਖਜ਼ਾਨਾ ਇੰਨੀ ਜਲਦੀ ਹੋਈ ਖਾਲੀ ਹੋ ਰਿਹਾ ਤਾਂ ਮਤਲਬ ਖਜ਼ਾਨਾ ਕਿਤੇ ਲੀਕ ਹੋ ਰਿਹਾ ਨਾ। ਜੇ ਜਿਹੜੇ ਕੰਮਾਂ ਦੇ ਲਈ ਤੁਸੀਂ ਪੈਸੇ ਲੈ ਰਹੇ ਹੋ, ਲੋਕਾਂ ਤੋਂ ਟੈਕਸ ਲੈ ਰਹੇ ਹੋ, ਸਰਕਾਰ ਤੋਂ ਸੈਂਟਰ ਗੌਰਮੈਂਟ ਤੋਂ ਲੈ ਰਹੇ ਹੋ, ਜੇ ਉਹਨਾਂ 'ਤੇ ਹੀ ਖਰਚ ਹੋ ਰਹੇ ਹੋਣ ਤਾਂ ਫਿਰ ਇੰਨਾ ਮਿਸ ਮੈਨੇਜਮੈਂਟ ਕਿਵੇਂ ਹੋ ਜਾਂਦੀ ਹੈ? ਇਹਦਾ ਮਤਲਬ ਫੰਡ ਕਿਤੇ ਮਿਸਯੂਟੀਲਾਈਜ਼ ਹੋ ਰਹੇ ਨੇ, ਮਤਲਬ ਜਿਹੜੇ ਪਰਪਜ਼ ਲਈ ਲਏ ਸੀ ਜਾਂ ਜਿਹੜੇ ਖਰਚੇ ਕਰਨੇ ਸੀ ਉਹ ਖਰਚੇ ਵੱਧ ਗਏ ਨੇ। ਮਤਲਬ ਕੋਈ ਲੌਜਿਕ ਤਾਂ ਹੋਊਗੀ ਨਾ ਇਸ ਗੱਲ ਦੀ ਜੀ? ਮਤਲਬ ਸ਼ਾਮ ਤੱਕ ਤੁਸੀਂ ਪ੍ਰੈਸ ਕਾਨਫਰੰਸ ਤੱਕ ਫੜਾ ਮਾਰ ਰਹੇ ਹੋ ਕਿ ਜੀ ਸਾਡਾ ਖਜ਼ਾਨਾ ਭਰਿਆ ਹੋਇਆ, ਰਾਤ ਨੂੰ ਤੁਸੀਂ ਰੇਟ ਵਧਾ ਦਿੰਦੇ ਹੋ। ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹਦਾ ਕੋਈ ਜ਼ਿਕਰ ਨਹੀਂ, ਜਿੰਨੇ ਫੈਸਲੇ ਉੱਥੇ ਸੁਣਾਏ ਗਏ ਲੋਕਾਂ ਨੂੰ ਪੱਕੇ ਕਰਨ ਦੇ, ਲੋਕਾਂ ਨੂੰ ਕੱਚੇ ਕਰਨ ਦੇ, ਜੋ ਵੀ ਸੀ ਫੈਸਲੇ, ਮਤਲਬ ਸਿੱਟਾ ਕੀ ਨਿਕਲਿਆ? ਸਿੱਟਾ ਇਹ ਨਿਕਲਿਆ ਰੇਟ ਵਧਾ ਦਿੱਤੇ, ਲੋਕਾਂ 'ਤੇ ਵਜਨ ਹੋਰ ਪਾ ਦਿੱਤਾ। ਸੋ ਇਹ ਮੇਰਾ ਖਿਆਲ ਪਤਾ ਨਹੀਂ ਕਿ ਸਰਕਾਰ ਕਿਸ ਤਰ੍ਹਾਂ ਚੱਲ ਰਹੀ ਹੈ ਜਾਂ ਕੀ ਮਤਲਬ ਗਿਣਤੀਆਂ ਮਿਣਤੀਆਂ ਨੇ। ਮਤਲਬ ਕਹਿਣਾ ਕੁਛ ਤੇ ਕਰਨਾ ਕੁਛ, ਇਹ ਚੀਜ਼ ਹੈ ਜਿਹੜੀ ਸਰਕਾਰਾਂ ਦੇ ਲਈ ਬੜੀ ਮਹਿੰਗੀ ਪੈ ਜਾਂਦੀ। ਮਤਲਬ ਜਿਹੜਾ ਇੱਕ ਆਪਣੀ ਪਰਸੈਪਸ਼ਨ ਮੀਡੀਆ ਦੇ ਵਿੱਚ ਬਣਾਉਣੀ, ਰੌਲਾ ਰੱਪਾ ਪਾਉਣਾ ਵੀ ਅਸੀਂ ਚੰਗੇ ਹਾਂ, ਸਾਨੂੰ ਚੰਗੇ ਕਹੋ ਜਾਂ ਚੰਗੇ ਕਹਾ ਲੈਣਾ IT ਸੈੱਲ ਰਾਹੀਂ, ਪਰ ਫੈਸਲੇ ਉਹ ਕਰਨੇ ਜਿਹੜੇ ਲੋਕਾਂ ਨੂੰ ਚੁਭਣ, ਉਹ ਤਾਂ ਫਿਰ ਚੀਜ਼ ਮਤਲਬ ਬਾਹਲੀ ਦੇਰ ਚੱਲ ਨਹੀਂ ਸਕਦੀ ਜੀ। ਪਰ ਸਰ ਕਿਸੇ ਨਾ ਕਿਤੇ ਆਪਾਂ ਦੂਸਰੇ ਪਾਸੇ ਦੇਖੀਏ ਤਾਂ ਲੋਕਾਂ ਨੂੰ ਫੈਸਿਲਿਟੀਆਂ ਵੀ ਦਿੱਤੀਆਂ ਜਾ ਰਹੀਆਂ ਨੇ, ਚਾਹੇ ਬਿਜਲੀ ਦੀ ਗੱਲ ਕਰੀਏ, ਉਸ ਤੋਂ ਇਲਾਵਾ ਵੱਖ ਵੱਖ ਮਾਮਲੇ ਵਿੱਚ ਜਾਂ ਬਜਟ ਦੇ ਵਿੱਚ ਕੋਈ ਨਵਾਂ ਟੈਕਸ ਨਾ ਦੇਣਾ, ਕਿਸੇ ਵੱਡੇ ਟੈਕਸ ਦੇ ਵਿੱਚ ਵਾਧਾ ਨਾ ਕਰਨਾ, ਤਾਂ ਲੋਕਾਂ ਦੇ ਪੱਖ ਦੇ ਵਿੱਚ ਵੀ ਤਾਂ ਫੈਸਲੇ ਕੀਤੇ ਜਾ ਰਹੇ ਨੇ, ਫਿਰ ਵਿਰੋਧੀ ਪਾਰਟੀਆਂ ਨਾਲ ਹੋ ਹੱਲਾ ਕਿਉਂ ਕਰ ਰਹੀਆਂ ਨੇ ਜੇਕਰ 1 ਰੁਪਇਆ ਤੇਲ ਦਾ ਰੇਟ ਵਧਾ ਦਿੱਤਾ ਗਿਆ? ਗੱਲ ਇਹ ਹੈ ਨਾ ਜੀ ਕਿ ਲੋਕਾਂ ਦੇ ਉੱਪਰ ਬਰਡਨ ਤਾਂ ਵਧ ਹੀ ਰਿਹਾ, ਚਾਹੇ ਮਹਿੰਗਾਈ ਵਧ ਰਹੀ ਹੈ, ਇਨਫਲੇਸ਼ਨ ਵਧ ਰਹੀ ਹੈ, ਲੋਕ ਉਸ ਤਰੀਕੇ ਦੇ ਨਾਲ ਬੇਚੈਨ ਨੇ। ਔਰ ਅਪੋਜੀਸ਼ਨ ਦਾ ਤਾਂ ਨੇਚਰਲੀ ਰੋਲ ਹੁੰਦਾ ਹੀ ਹੈ ਕਿ ਉਹਨਾਂ ਨੇ ਕਹਿਣਾ ਹੀ ਹੈ ਜੀ, ਜਿੰਨੀਆਂ ਫੈਸਿਲਿਟੀਜ਼ ਦਿੱਤੀਆਂ ਜਾ ਰਹੀਆਂ ਨੇ, ਜਿੰਨੀ ਕੁ ਲੋਕ ਪੱਕੀ ਆਪਣਾ ਨਕਸ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪ੍ਰੈਕਟਿਸ ਦੇ ਵਿੱਚ ਉਹ ਚੀਜ਼ ਨਹੀਂ ਹੈ, ਰੌਲਾ ਰੱਪਾ ਜ਼ਿਆਦਾ ਹੈ, ਐਕਚੁਅਲ ਗਰਾਊਂਡ ਲੈਵਲ 'ਤੇ ਚੀਜ਼ਾਂ ਘੱਟ ਨੇ। ਹੁਣ ਡੰਕਾ ਤਾਂ ਕੱਲ੍ਹ ਵੱਜਿਆ ਜੀ, ਇੰਨੇ ਅਸੀਂ ਰੈਗੂਲਰ ਕਰਤੇ ਰੈਗੂਲਰ ਕਰਦੇ, ਅੱਛਾ ਉਹ ਵੀ ਹੁਣ ਇਸ ਹੱਦ ਤੱਕ ਆ ਗਈ ਹੈ ਲੋਕਾਂ 'ਚ ਦੇ ਵਿੱਚ ਮਤਲਬ ਬੇਵਿਸ਼ਵਾਸੀ। ਲੋਕ ਕਹਿੰਦੇ ਨੇ ਜਦੋਂ ਪੱਕੇ ਹੋ ਗਏ ਉਦੋਂ ਹੀ ਜਾਣਾਂਗੇ, ਜਦੋਂ ਲੈਟਰ ਮਿਲਣ ਤੋਂ ਬਾਅਦ ਵੀ ਕਹਿੰਦੇ ਜਦੋਂ ਜੁਆਇਨਿੰਗ ਹੋ ਗਈ। ਔਰ ਗੱਲ ਸੱਚੀ ਹੈ ਕਿ ਪਹਿਲਾਂ ਇਸ ਤਰ੍ਹਾਂ ਕੇਸ ਹੋਏ ਨੇ ਕਿ ਲੈਟਰ ਮਿਲ ਗਏ, ਜੁਆਇਨ ਵੀ ਨਹੀਂ ਕਰ ਸਕੇ ਬੰਦੇ, ਕੋਰਟਾਂ 'ਚ ਧੱਕੇ ਖਾਣ ਲੱਗ ਗਏ।
जी तो जी ये चीज़ तो है ही है कि बेविश्वासी तो है, सियासतदानों के ऊपर इन जनरल ही है, सरकार के ऊपर कुदरती ज्यादा हो जाए कुर्सी पर बैठे। जी बिल्कुल सर। सर एक अहम खबर आप उसके ऊपर भी डिस्कस कर ले थोड़ी जी, डॉक्टर जी बरजिंदर सिंह हमदर्द, क्योंकि आपको पता है पिछले दिनों तो वो विजिलेंस दे रडार के उपर ने, भावें पहली पेशी दौरान उन्होंने 10 दिन का समा मंगया सी, लेकिन एक झटका फिर उन्होंने क्योंकि सद्दा फिर तो विजिलेंस वालों दिता गया 16 तरीक न हुण विजिलेंस सामने पेश होना पड़ेगा, लेकिन क्योंकि वो हाईकोर्ट पुजे से कुछ हाईकोर्ट के गाइडलाइन के अकॉर्डिंग ही उन्होंने सद्दा दिता गया है। किवें देख रहे हो किहड़े किहड़े चाहे झटका लग गया विजिलेंस सामने पेश होना पवेगा, पेश होणगे जां उस तो पहलां किस तरह की होर राहत लै लैणगे वह भी देखण वाली गल होएगी, लेकिन जेकर पेश होंदे ने तां किस तरह की राहत उन्होंने मिलेगी जो हाईकोर्ट द्वारा उन्होंने दिती गई सी, क्योंकि हाईकोर्ट पहलां पहुंचे सी, किस तरह की राहत देख रहे हो इस झटके दे नाल नाल? ਦਖਵਿੰਦਰ ਜੀ, ਜਦੋਂ ਬੰਦਾ ਕੋਰਟ ਦੇ ਚਲੇ ਗਿਆ ਨਾ, ਹੁਣ ਇਹ ਕੋਰਟ ਦੀ ਡਾਇਰੈਕਸ਼ਨ ਦੇ ਅਕੋਰਡਿੰਗਲੀ ਹੀ ਉਹਨੂੰ ਵਿਜੀਲੈਂਸ ਬੁਲਾ ਰਹੀ ਹੈ, ਹਫ਼ਤੇ ਦਾ ਟਾਈਮ ਵੀ ਦੇ ਰਹੇ ਨੇ। ਕੁਐਸਚਨੇਅਰ ਉਹਨਾਂ ਨੇ ਕਿਹਾ ਸੀ ਭੇਜ ਦਿਓ, ਸ਼ਾਇਦ 17 ਕੁਐਸਚਨਾਂ ਦੀ ਲਿਸਟ ਵੀ ਉਹਨਾਂ ਨੂੰ ਭੇਜ ਦਿੱਤੀ ਗਈ ਹੈ। ਹੁਣ ਉਹ ਵਿਜੀਲੈਂਸ ਦੇ ਹੱਥ ਕਾਫੀ ਹੱਦ ਤੱਕ ਕੋਰਟ ਦੇ ਰਾਹੀਂ ਬੰਨੇ ਜਾਣਗੇ ਕਿ ਉਹ ਬਿਲਕੁਲ ਹੀ ਮਤਲਬ ਮਨਮਰਜ਼ੀ ਦੇ ਮੁਤਾਬਕ ਤੰਗ ਨਹੀਂ ਕਰ ਸਕਦੇ, ਜਿਹੜਾ ਖਦਸ਼ਾ ਉਹਨਾਂ ਨੇ ਪ੍ਰਗਟ ਕੀਤਾ ਸੀ ਕਿ ਮੇਰੇ ਨਾਲ ਸੀਐਮ ਦੀ ਨਿੱਜੀ ਲਾਗਰਾਟ ਹੈ, ਸਾਡੀਆਂ ਗਰੰਟਾਂ ਰੋਕ ਦਿੱਤੀਆਂ ਗਈਆਂ ਨੇ, ਸਾਡੀਆਂ ਐਡਵਰਟਾਈਜ਼ਮੈਂਟਸ ਰੋਕ ਦਿੱਤੀਆਂ ਗਈਆਂ ਨੇ, ਸਾਨੂੰ ਮਤਲਬ ਰਿੰਗੇ ਟੇਢੇ ਤਰੀਕੇ ਨਾਲ ਤੰਗ ਕੀਤਾ ਜਾ ਰਿਹਾ ਹੈ, ਕਿਉਂਕਿ ਨਿੱਜੀ ਤੌਰ ਤੇ ਮੇਰੇ ਖਿਲਾਫ ਨੇ, ਇਸ ਕਰਕੇ ਮੈਨੂੰ ਆਸ ਨਹੀਂ ਹੈ, ਇਸ ਕਰਕੇ ਸੀਬੀਆਈ ਦੀ ਇਨਕੁਆਇਰੀ ਕਰੀ ਆ। ਹਾਈ ਕੋਰਟ ਨੇ ਇਹ ਗੱਲ ਉਹਨਾਂ ਦੀ ਸੁਣਦੇ ਹੋਏ ਅੱਧੀ ਰਾਹਤ ਉਹਨਾਂ ਨੂੰ ਤੇ ਅੱਧੀ ਸਰਕਾਰ ਨੂੰ ਦੇ ਦਿੱਤੀ ਸੀ ਕਿ ਵਿਜੀਲੈਂਸ ਨੇ ਉਹਨਾਂ ਨੂੰ ਐਵੇਂ ਹੀ ਵੀ ਫੜ ਲੈਣ, ਸੱਦ ਕੇ ਲਿਆ ਕੇ ਬਿਠਾ ਲੈਣ ਤੇ ਜੇਲ੍ਹ 'ਚ ਸੁੱਟ ਦੇ। ਉਹਨੇ ਕਿਹਾ ਕਿ ਤੁਸੀਂ ਹਫ਼ਤੇ ਦਾ ਪਹਿਲਾਂ ਨੋਟਿਸ ਦਿਓ, ਫਿਰ ਉਹਨੂੰ ਕੁਐਸਚਨ ਭੇਜੋ। ਉਹ ਹੁਣ ਵਿਜੀਲੈਂਸ ਉਹਦੇ ਅਕੋਰਡਿੰਗਲੀ ਚੱਲ ਰਹੀ ਹੈ, ਇਹ ਹੁਣ ਡਿਪੈਂਡ ਕਰਦਾ ਹੈ ਕਿ ਉੱਥੇ ਗੜਬੜ ਕਿੰਨੀ ਹੋਈ ਹੋਈ ਹੈ ਜਾਂ ਉਹਦੇ 'ਚ ਜਿਹੜਾ ਚੇਅਰਮੈਨ ਹੈ ਉਹਦਾ ਰੋਲ ਕਿੰਨਾ ਹੈ, ਜੀ ਜਿਹੜੀ ਉਹ ਵਿਰਾਸਤ ਜੰਗੇ ਆਜ਼ਾਦੀ ਜਿਹੜਾ ਯਾਦਗਾਰ ਜਿਹੜੀ ਹੈ, ਮਤਲਬ ਉਹਦੇ ਉਹ ਚੇਅਰਮੈਨ ਤਾਂ ਹੈਗੇ ਨੇ, ਉਹਨਾਂ ਕੋਲ ਫਾਈਨੈਂਸ਼ੀਅਲ ਪਾਵਰਸ ਕਿੰਨੀਆਂ ਕੁ ਨੇ ਜਾਂ ਕਿਹਨੇ ਯੂਜ਼ ਕਰ ਲੀਆਂ, ਕੁਛ ਅਫਸਰਾਂ ਨੇ ਸੁਣਿਆ ਵੀ ਉੱਥੇ ਕਪੜਾ ਕੀਤਾ ਗਿਆ, ਜੀ ਉਹਦੇ ਵਿੱਚ ਜੇ ਇਹਨਾਂ ਦੇ ਵੀ ਦਸਖਤ ਨੇ ਜਾਂ ਇਹ ਵੀ ਸ਼ਾਮਲ ਨੇ ਜਾਂ ਇਹਨਾਂ ਨੇ ਇੱਕ ਜਸ ਫਾਰਮਲ ਹੈੱਡ ਦੇ ਤੌਰ ਤੇ ਸਾਈਨ, ਇਹ ਚੀਜ਼ਾਂ ਸਾਰੀਆਂ ਸਾਹਮਣੇ ਆ ਜਾਣਗੀਆਂ। ਸੋ ਉਹਦੇ 'ਚ ਮੇਰਾ ਖਿਆਲ ਨਹੀਂ ਕਿ ਦੋਨਾਂ ਧਿਰਾਂ ਦੇ ਲਈ ਥੋੜ੍ਹੀ ਜਿਹੀ ਰਿਸਟ੍ਰਿਕਸ਼ਨ ਤਾਂ ਹੈ ਕਿ ਵਿਜੀਲੈਂਸ ਨੂੰ ਵੀ ਪੂਰੀ ਖੁੱਲ੍ਹ ਨਹੀਂ ਹੈ, ਇਹਨਾਂ ਨੂੰ ਵੀ ਪੂਰੀ ਰਾਹਤ ਨਹੀਂ ਮਿਲੀ ਉਸ ਤਰੀਕੇ ਦੇ ਨਾਲ, ਪਰ ਜੇ ਵਿਜੀਲੈਂਸ ਤੰਗ ਕਰੋਗੇ ਤਾਂ ਉਹਨਾਂ ਕੋਲੇ ਰਸਤਾ ਖੁੱਲ੍ਹਾ ਹੈ ਕਿ ਉਹ ਕੋਰਟ ਦੇ ਕੋਲ ਦੁਬਾਰਾ ਜਾ ਸਕਦੇ ਹਨ। ਮਤਲਬ ਬੇਵਜ੍ਹਾ ਹੀ ਉਹਨਾਂ ਨੂੰ ਵਿਜੀਲੈਂਸ ਕਹੇ ਵੀ ਆ 17 ਕੁਐਸਚਨਾਂ ਦੇ ਜਵਾਬ ਐਕਸਪੈਕਟਡ ਨਹੀਂ, ਤੁਸੀਂ ਚਲੋ ਅੰਦਰ ਚੱਲੋ, ਇਦਾਂ ਨਹੀਂ ਹੋ ਸਕੂਗਾ। ਜੀ ਸੋ ਦੋਨਾਂ ਧਿਰਾਂ ਲਈ ਥੋੜ੍ਹਾ ਜਿਹਾ ਲੈਵਲ ਪਲੇਇੰਗ ਗਰਾਊਂਡ ਹੈਗਾ, ਪਰ ਇਹ ਆ ਵੀ ਦੇਖੋ ਕਿਉਂਕਿ ਇਹ ਸਿਆਸੀ ਹੈ ਮਸਲਾ, ਮੋਟੇ ਤੌਰ ਤੇ ਸਾਰੀਆਂ ਸਿਆਸੀ ਪਾਰਟੀਆਂ ਬਾਕੀ ਦੀਆਂ ਬਰਜਿੰਦਰ ਹਮਦਰਦ ਦੀ ਉਹਦੇ ਵਿੱਚ ਇਕੱਠੀਆਂ ਹੋ ਗਈਆਂ ਸੀ, ਜਿਹੜਾ ਕਿ ਅਣਕਿਆਸੀ ਗੱਲ ਸੀ ਪੰਜਾਬ ਦੀ ਸਿਆਸਤ ਦੇ ਵਿੱਚ ਕਿ ਹਰ ਇੱਕ ਹੀ ਉੱਥੇ ਇਕੱਠਾ ਜਾ ਕੇ ਰਲ ਗਏ ਆਪਸ ਦੇ ਵਿੱਚ, ਉਹਦੇ ਉੱਪਰ ਵੀ ਕਿੰਨਾ ਸਾਰਾ ਜੱਟੀਆਂ ਪਈਆਂ, ਰੌਲਾ ਪਿਆ, ਸਿਆਸਤ ਹੋਈ। ਸੋ ਉਹ ਕਿਉਂਕਿ ਇੱਕ ਤਕੜਾ ਅਦਾਰਾ ਹੈ ਤੇ ਉਹਨਾਂ ਦੇ ਲਿੰਕ ਵੰਕ ਵੀ ਸਾਰੇ ਹੈਗੇ ਨੇ, ਉਹ ਕਹਿੰਦੇ ਨੇ ਦੇਅਰ ਆਰ ਮੈਨੀ ਸਲਿਪਸ ਬਿਟਵੀਨ ਲਿਪ ਐਂਡ ਕੱਪ, ਇਹ 16 ਤੱਕ ਦੇਖਦੇ ਆ ਕਿ ਹੋਰ ਕੀ ਕੁਛ ਅੱਗੇ ਕਿੱਦਾਂ ਦੀ ਡਿਵੈਲਪਮੈਂਟਸ ਹੁੰਦੀਆਂ ਨੇ, ਉਹ ਵੀ ਟਿਕ ਕੇ ਨਹੀਂ ਬੈਠਣਗੇ, ਮੇਰਾ ਖਿਆਲ ਸਰਕਾਰ ਵੀ ਟਿਕ ਕੇ ਨਹੀਂ ਬੈਠੀ ਹੋਈ, ਸੋ ਅਜੇ ਘੋਲ ਚੱਲੂਗਾ ਲੱਗਦਾ। ਬਿਲਕੁਲ ਜੀ ਬਿਲਕੁਲ, ਲੇਕਿਨ ਇਸ ਦੇ ਦਰਮਿਆਨ ਹੁਣ ਆਪਾਂ ਇਹ ਜ਼ਰੂਰ ਕਹਿ ਸਕਾਂਗੇ ਵੀ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ ਕੋਰਟ ਦੇ ਹੁਕਮਾਂ ਤੋਂ ਬਾਅਦ, ਲੇਕਿਨ ਡਾਕਟਰ ਹਮਦਰਦ ਦੇ ਲਈ ਜਿੱਥੇ ਝਟਕਾ, ਕਿਉਂਕਿ ਫਿਰ ਤੋਂ ਬੁਲਾ ਲੈ ਗਿਆ, ਜਾਣਾ ਤਾਂ ਪੈਣਾ ਹੀ ਪੈਣਾ ਸੀ, ਬੁਲਾਵਾ ਆ ਚੁੱਕਿਆ ਅਤੇ ਨਾਲ ਥੋੜ੍ਹੀ ਜਿਹੀ ਰਾਹਤ ਵੀ ਜਿਹੜੇ ਸਵਾਲ ਜਵਾਬ ਉਹਨਾਂ ਨੂੰ ਹੋਣਗੇ, ਕਿਉਂਕਿ ਅਕਸਰ ਇਹ ਕਹਿੰਦੇ ਵਿਜੀਲੈਂਸ ਜਿਹੜੇ ਸਵਾਲ ਜਵਾਬ ਹੁੰਦੇ ਨੇ, ਬੰਦਾ ਸਰਦੀਆਂ ਦੇ ਵਿੱਚ ਵੀ ਜੱਗ ਜੱਗ ਪਾਣੀ ਦਾ ਪੀ ਜਾਂਦਾ ਗਾ, ਇਸ ਤਰ੍ਹਾਂ ਦੇ ਸਵਾਲ ਇਹਨੇ ਤਿੱਖੇ ਜਾਂ ਤੱਤੇ ਸਵਾਲ ਪੁੱਛੇ ਜਾਂਦੇ ਨੇ। ਸੋ ਸਵਾਲ ਹੁਣ ਡਾਕਟਰ ਸਾਹਿਬ ਕੋਲ ਪਹਿਲਾਂ ਪਹੁੰਚ ਜਾਣਗੇ, ਨੋਟਿਸ ਦੇ ਨਾਲ ਹੀ ਪਹੁੰਚ ਗਏ ਨੇ, ਸੋ ਉਹਨਾਂ ਜਵਾਲਾਂ ਦੇ ਅਕੋਰਡਿੰਗ ਹੀ ਆਪਣੇ ਜਵਾਬ ਤਿਆਰ ਕਰ ਲੈਣਗੇ। ਸੋ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਲਖਵਿੰਦਰ ਜੀ, ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸੋ ਡਾਕਟਰ ਹਰਵਿੰਦਰ ਸਿੰਘ ਜੀ ਭੱਟੀ ਸਾਹਿਬ ਜੋ ਅੱਜ ਦੇ ਇਸ ਖਬਰਾਂ ਦੇ ਉੱਪਰ ਚਰਚਾ ਕਰ ਰਹੇ ਸੀ, ਤੁਹਾਨੂੰ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ, ਉਦੋਂ ਤੱਕ ਦਿਓ ਇਜਾਜ਼ਤ, ਧੰਨਵਾਦ।